ਸ਼ਤਸ਼ਰੀਆ ਕਾਲ ਦੋਸਤੋ ਇੱਕ ਵਾਰ ਤੋਂ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦਿਨ ਭਰ ਦੀਆਂ ਤਾਜ਼ਾ ਖਬਰਾਂ ਤੇ ਮੈਂ ਹਾਂ ਬਲਵਿੰਦਰ ਬਾਬਾ ਤੇ ਲੈ ਕੇ ਹਾਜ਼ਰ ਹੋਇਆ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਦਿਨ ਭਰ ਦੀਆਂ ਤਾਜ਼ਾ ਖਬਰਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰੋ ਕਿਉਂਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਫ੍ਰੀ ਹੈ ਪਰ ਸਾਨੂੰ ਇਸ ਨਾਲ ਮੋਟੀਵੇਸ਼ਨ ਮਿਲੇਗਾ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਇਸੇ ਤਰ੍ਹਾਂ ਪੰਜਾਬ ਦੀਆਂ ਜਈਆਂ ਹੋਰ ਵੱਡੀਆਂ ਤਾਜ਼ਾ ਖਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਿਾਂਗੇ ਤਾਂ ਸ਼ੁਰੂਆਤ ਕਰ ਲੈਣਾ ਜੀ ਪੰਜਾਬ ਦੀ ਸਭ ਤੋਂ ਪਹਿਲੀ ਅਤੇ ਵੱਡੀ ਖਬਰ ਤੋਂ ਬੇਤੀ ਸਹਾਇਤਾ ਬਾਰੇ ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ ਪੂਰੀ ਹੋਵੇਗੀ ਸਭ ਤੋਂ ਵੱਡੀ ਚੋਣ ਗਰੰਟੀ ਔਰਤਾਂ ਨੂੰ 10000 ਰੁਪਏ ਪ੍ਰਤੀ ਮਹੀਨਾ ਬੇਤਾ ਸਹਾਇਤਾ ਦੇਣ ਦਾ ਮੁੱਦਾ ਭਗਵੰਤ ਮਾਨ ਸਰਕਾਰ ਲਈ ਵੱਡੀ ਚੁਣੌਤੀ ਬਣ ਗਿਆ ਹੈ ਬੇਸ਼ੱਕ ਬਜਟ ਵਿੱਚ ਪੰਜਾਬ ਸਰਕਾਰ ਨੇ ਸਾਰੇ ਵਰਗਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਦੋਸਤੋ ਇਸ ਦੇ ਨਾਲ ਹੀ ਦੱਸ ਦੇ ਕਿ ਵਿਰੋਧੀ ਧਿਰਾਂ ਨੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਵਿੱਚ ਬਿਹਤਰ ਸਹਾਇਤਾ ਨਾ ਦੇਣ ਤੇ ਵੱਡਾ ਮੁੱਦਾ ਬਣਾਇਆ ਹੈ ਵਿਰੋਧੀ ਧਿਰਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਪਰ ਵੀ ਇਸ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਹੋ ਰਹੀ ਹੈ ਇਸ ਨੂੰ ਵੱਡਾ ਮੁੱਦਾ ਬਣਦਾ ਵੇਖ ਮੁੱਖ ਮੰਤਰੀ ਭਗਵੰਤ ਮਾਨ ਨੇ ਸਭ ਤੋਂ ਵੱਡੀ ਚੋਣ ਗਰੰਟੀ ਨੂੰ ਪੂਰਾ ਕਰਨਾ ਪ੍ਰੋਅਸਾ ਦਿੱਤਾ ਹੈ ਉਹਨਾਂ ਨੇ ਐਲਾਨ ਕੀਤਾ ਹੈ ਕਿ ਜਲ ਤੋਂ ਜਲਦ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੀ ਬਿਹਤਰ ਰਾਸ਼ੀ ਮਦਦ ਇਹ ਦੀ ਸ਼ੁਰੂ ਹੋ ਜਾਵੇਗੀ ਉਹਨਾਂ ਕਹਿ ਕੇ ਸੂਬਾ ਸਰਕਾਰ ਨੇ ਪਹਿਲਾਂ ਹੀ ਸਰੋਤ ਜਟਾਉਣ ਦੀ ਕਵਾਇਦ ਸ਼ੁਰੂ ਕਰਤੀ ਹੈ ਤੇ ਇਹ ਬਸ਼ੀਲੇ ਜਟਾਉਣ ਮਗਰੋਂ ਜਲਦੀ ਹੀ ਇਸ ਗਰੰਟੀ ਨੂੰ ਪੂਰਾ ਕੀਤਾ ਜਾਵੇਗਾ। ਅਗਲੀ ਖਬਰ ਜੁਲਾਈ ਵਿੱਚ 14 ਦਿਨ ਬੰਦ ਰਹਿਣਗੇ ਬੈਂਕ ਹਰ ਦੂਜੇ ਦਿਨ ਦੇਖੋ ਛੁੱਟੀ ਦੇਖੋ ਪੂਰੀ ਲਿਸਟ ਜੁਲਾਈ ਮਹੀਨੇ ਵਿੱਚ ਕੁੱਲ 14 ਦਿਨ ਬੈਂਕ ਦਾ ਕੰਮ ਕੱਲ ਬੰਦ ਰਹਿਣ ਵਾਲਾ ਹੈ ਇਸ ਮਹੀਨੇ ਐਤਵਾਰ ਤੇ ਦੂਜੇ ਚੌਥੇ ਦੇ ਸ਼ਨੀਵਾਰ ਦੀਆਂ ਛੁੱਟੀਆਂ ਹਨ। ਜੁਲਾਈ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ ਇਹ ਮਹੀਨਾ ਬੈਂਕ ਕਰਮਚਾਰੀਆਂ ਲਈ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਮਾਂ ਬਿਤਾਉਣ ਲਈ ਬਹੁਤ ਵਧੀਆ ਸਾਬਤ ਹੋਣ ਵਾਲਾ ਹੈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਮਹੀਨੇ ਕੁੱਲ 14 ਦਿਨਾਂ ਵਾਸਤੇ ਬੈਂਕਾਂ ਦਾ ਕੰਮਕਾਰ ਬੰਦ ਹੋਣ ਵਾਲਾ ਹੈ ਇਸ ਮਹੀਨੇ ਵਿੱਚ ਐਤਵਾਰ ਦੇ ਦੁਜੇ ਅਤੇ ਚੌਥੇ ਸ਼ਨੀਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ ਰਿਜ਼ਰਵ ਬੈਂਕ ਦੇ RBI ਕੈਲੰਡਰ ਦੇ ਮੁਤਾਬਕ ਇਸ ਮਹੀਨੇ ਵੀਕੈਂਡ ਤੋਂ ਲਾ ਬਾ 7 ਦਿਨਾਂ ਦੀਆਂ ਬੈਂਕ ਛੁੱਟੀਆਂ ਹੋਣ ਵਾਲੀਆਂ ਹਨ ਜੁਲਾਈ ਦਾ ਮਹੀਨਾ ਛੁੱਟੀਆਂ ਦੇ ਨਾਲ ਸ਼ੁਰੂ ਹੋ ਰਿਹਾ ਹੈ ਇਨਾ ਤਰੀਕਾ ਨੂੰ ਹੋਵੇਗੀ ਬੈਂਕਾਂ ਵਿੱਚ ਛੁੱਟੀ ਜੁਲਾਈ ਮਹੀਨੇ ਦੀ ਪਹਿਲੀ ਬੈਂਕ ਛੁੱਟੀ ਰੱਥ ਕਾ ਯਾਤਰਾ ਕਾਂਗ ਯਾਤਰਾ ਤੇ ਮੌਕੇ ਇੱਕ ਜੁਲਾਈ ਨੂੰ ਹੋਵੇਗੀ ਤੁਹਾਨੂੰ ਦੱਸ ਦੇ ਕਿ ਇਹ ਛੁੱਟੀ ਪੂਰੇ ਦੇਸ਼ ਵਿੱਚ ਨਹੀਂ ਹੋਵੇਗੀ ਇਸ ਦਿਨ ਸੈਲਫਾ ਪੁਬਨੇਸ਼ਵਰ ਤੇ ਫਾੜ ਸਰਕਲ ਦੇ ਬੈਂਕ ਬੰਦ ਰਹਿਣਗੇ ਨਾਲ ਹੀ ਉੜੀਸਾ ਤੇ ਮਨੀਪੁਰ ਵਿੱਚ ਸਰਕਾਰੀ ਨਿੱਜੀ ਸਹਿਕਾਰੀ ਬੈਂਕ ਇਸ ਦਿਨ ਬੰਦ ਰਹਿਣਗੇ ਜੁਲਾਈ ਦੇ ਮਹੀਨੇ ਦੀ ਦੂਜੀ ਬੈਂਕਾਂ ਛੁੱਟੀ ਦੇ ਹਫ਼ਤੇ ਦੇ ਤੀਜੇ ਤੇ ਦਿਨ ਪਹਿਲਾਂ ਦੀ ਹੋਵੇਗੀ ਐਤਵਾਰ ਦੀ ਹਫ਼ਤਵਾਰੀ ਛੁੱਟੀ ਕਰਨ ਇਸ ਦਿਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ ਤਾਂ ਦੋਸਤੋ ਤੁਸੀਂ ਇਹਨਾਂ ਛੁੱਟੀਆਂ ਦੀ ਇਲੈਕਟ੍ਰਿਕਾ ਆਪਣੇ ਮੋਬਾਈਲ 'ਤੇ ਦੇਖ ਸਕਦੇ ਹੋ ਠੀਕ ਹੈ ਜੀ 9 11 13 14 15 16 23 26 ਟੋਟਲ ਮਾਈ ਦੋਸਤੋ 14 ਦੀਆਂ ਛੁੱਟੀਆਂ ਬੈਂਕਾਂ ਨੂੰ ਹੋਣ ਗਈਆਂ ਅਗਲੀ ਖਬਰ ਪੰਜਾਬ ਤੇ ਫਿਰ ਕਰੋਨਾ ਦਾ ਸਾਯਾ ਇੱਕ ਤੇ ਮਰੀਜ਼ਾਂ ਦੀ ਗਿਣਤੀ 1079 ਤੱਕ ਪਹੁੰਚੀ ਕਰੋਨਾ ਕਾਰਨ ਪੰਜਾਬ ਦੇ ਹਾਲਾਤ ਵਿਗੜਨੇ ਸ਼ੁਰੂ ਹੋ ਚੁੱਕੇ ਹਨ ਸੂਬੇ ਵਿੱਚ ਪਿਛਲੇ 24 ਘੰਟੇ ਦੌਰਾਨ ਤਰ੍ਹਾਂ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਇਸ ਦੌਰਾਨ ਲਗਾਤਾਰ ਦੂਜੇ ਦਿਨ 200 ਤੋਂ ਵੱਧ ਜਾਣੀ 223 ਮਰੀਜ਼ ਪਾਇਆ ਗਏ ਹਨ ਇਸ ਤੋਂ ਬਾਅਦ ਪੰਜਾਬ ਵਿੱਚ ਸੈਕਟੇ ਮਰੀਜ਼ਾਂ ਦੀ ਗਿਣਤੀ 1079 ਹੋ ਗਈ ਹੈ ਇਨ੍ਹਾਂ ਵਿੱਚੋਂ 40 ਨੂੰ ਲਾਈਫ ਸਪੋਰਟਸ ਤੇ ਸੈਪਟ ਕੀਤਾ ਗਿਆ ਹੈ ਪੰਜਾਬ ਦੀ ਪੋਜ਼ਿਟਿਵਿਟੀ ਦਰ 1.87% ਹੋ ਗਈ ਹੈ ਅਗਲੀ ਖਬਰ ਸ਼੍ਰੀਲੰਕਾ ਵਿੱਚ ਖਤਮ ਹੋਇਆ ਪਟਰਾਉ ਡੀਜੇਲਾ ਦੇਸ਼ ਵਿੱਚ ਸਿਰਫ ਚੱਲਣਗੀਆਂ ਜੁੜੀ ਸੇਵਾਵਾਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਨੂੰ ਸੋਮਵਾਰ ਤੋਂ ਦੋ ਹਫ਼ਤੇ ਲਈ ਇੰਦਾਂ ਦੀ ਵਿਕਰੀ ਤੇ ਪਾਬੰਦੀ ਲਾਦਾ ਐਲਾਨ ਕੀਤਾ ਹੈ ਜਿਸ ਵਿੱਚ ਸਿਰਫ ਜੁੜੀ ਸੇਵਾਵਾਂ ਹੀ ਚੱਲਣਗੀਆਂ ਜਿਨ੍ਹਾਂ ਲਈ ਬਾਲਣ ਉਪਲਬਧ ਕੀਤਾ ਗਿਆ ਏਐਫਪੀ ਸਰਕਾਰ ਦੇ ਬੁਲਾਰੇ ਬੰਦੂਲਾ ਗੁਣਵਰਧਨ ਨੇ ਕਿਹਾ ਕਿ ਅੱਜ ਅੱਧੀ ਰਾਤ ਤੋਂ ਸਿਹਤ ਖੇਤਰ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਕੋਈ ਵੀ ਇੰਧਨ ਨਹੀਂ ਵੇਚਿਆ ਜਾਵੇਗਾ ਕਿਉਂਕਿ ਅਸੀਂ ਸਾਡੇ ਕੋਲ ਮੌਜੂਦੇ ਛੋਟੇ ਸਟਾਕ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ ਉਹਨਾਂ ਖਾਪਤ ਕਰਾਂ ਤੋਂ ਮਾਫੀ ਮੰਗਦੇ ਆ ਕਿ ਲੋਕਾਂ ਨੂੰ ਹੋਈ ਅਸੁਵਿਧਾ ਲਈ ਅਸੀਂ ਮਾਫੀ ਚਾਹੁੰਦੇ ਆ ਸਕੂਲ ਬੰਦ ਰਹਿਣਗੇ ਸਕੂਲ ਬੰਦ ਰਹਿਣਗੇ ਤੇ ਨਿੱਜੀ ਦਫ਼ਤਰਾਂ ਦੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ ਸਰਕਾਰੀ ਅਧਿਕਾਰੀਆਂ ਨੂੰ ਘਰ ਤੋਂ ਕੰਮ ਕਰਨ ਦਾ ਪਹਿਲਾ ਵਿਕਲਪ ਜਨ ਲਈ ਕੀ ਹੈ ਗਿਆ ਹੈ ਪਹਿਲੀ ਵਾਰ ਹੋਇਆ ਹੈ ਕਿ Sri Lanka ਕੋਲ ਇੰਨ ਬਿਲਕੁਲ ਹੀ ਖਤਮ ਹੋ ਚੁੱਕਿਆ ਹੈ ਪਿਛਲੇ ਕਈ ਦਿਨਾਂ ਤੋਂ ਪੈਟਰੋਲ ਪੰਪਾਂ ਅੱਗੇ ਲੰਬੀਆਂ ਲਾਈਨਾਂ ਲੱਗ ਰਹੀਆਂ ਨੇ ਲੋਕਾਂ ਨੂੰ ਪੈਟਰੋਲ ਡੀਜ਼ਲ ਖਰੀਦਣ ਲਈ ਕਈ ਦਿਨਾਂ ਵਿੱਚ ਕਤਾਰਾਂ ਵਿੱਚ ਖੜੇ ਹੋਣਾ ਪੈ ਰਿਹਾ ਹੈ ਤੇ ਸੈਨਕੰਦ ਦੁਆਰਾ ਲੋਕਾਂ ਨੂੰ ਪੈਟਰੋਲ ਦਾ ਡੀਜ਼ਲ ਖਰੀਦਣ ਵਾਸਤੇ ਟੋਕਨ ਦੇਣੇ ਪੈ ਰਹੇ ਹਨ ਅਗਲੀ ਖਬਰ 35 ਹਜ਼ਾਰ ਕਰੋੜ ਤੋਂ ਵੱਧ ਕਰ ਜਾਣੀ ਚੁੱਕਾਂਗੇ ਸੰਗੋ 73000 ਕਰੋੜ ਦਾ ਕਰਜ਼ਾ ਵਾਪਸ ਵੀ ਕਰਾਂਗੇ ਹਰਪਾਲ ਸਿੰਘ ਮਾਣੇ ਦੱਸੀ ਕਰਦੀ 27 ਵਿੱਤਮਾ ਦੇ ਹਰਪਾਲ ਸਿੰਘ ਜੀਮਾ ਨੇ ਵਿਰੋਧੀ ਵਿਧਾਇਕਾਂ ਵੱਲੋਂ ਪ੍ਰਗਟਾਇਆ ਤੌਖੜਾ ਦਾ ਜਵਾਬ ਦਿੰਦੇ ਹੋਏ ਕਿ ਆਪ ਸਰਕਾਰ ਪੰਜਾਬ ਸਰ ਚੜੇ ਖਰਚੇ ਨੂੰ ਖਤਮ ਕਰਨ ਦਾ ਯਤਨ ਕਰੇਗੀ ਤੇ ਆਮਦਨ ਦੇ ਵਸੀਲੇ ਜੋਟਾਏ ਜਾਣਗੇ ਆਖਰੀ ਖਬਰਾਂ ਜਿਵੇਂ ਕਿ ਦੋਸਤੋ ਤੁਸੀਂ ਸਾਰੀ ਜਾਣਦੇ ਹੋ ਕਿ 1 ਜੁਲਾਈ ਤੋਂ ਆਪਣੀ ਜੋ 300 ਜੁਟਾ ਮੁਫਤ ਬਿਲੀ ਪ੍ਰਤੀ ਮਹੀਨੇ ਵਾਲੀ ਸਕੀਮ ਆ ਉਹ ਲਾਗੂ ਹੋਣ ਜਾ ਰਹੀ ਹੈ ਇਸ ਤੇ ਸਾਬਕਾ ਕ੍ਰਿਕਟਰ ਤੇ ਪੰਜਾਬ ਤੋਂ ਰਾਜ ਵਿਧਾਨ ਸਭਾ ਮੈਂਬਰ ਹਰਪਾਲ ਸਿੰਘ ਭੱਜੀ ਨੇ ਪੰਜਾਬ ਦੀ ਆਪ ਸਰਕਾਰ ਦੀ ਵੱਲੋਂ ਪੇਸ਼ ਕੀਤੇ ਗਏ ਪਲੇਟੇ ਬਾਈਟ ਦੀ ਸਲਾਘਾ ਕੀਤੀ ਹੈ ਉਹਨਾਂ ਨੇ ਇਸ ਸਬੰਧੀ ਕਈ ਟਵੀਟ ਕੀਤੀ ਤੇ ਸਰਕਾਰ ਦੇ ਕੰਮ ਦੀ ਸਲਾਘਾ ਕੀਤੀ ਉਹਨਾਂ ਨੇ ਇੱਕ ਵੀਡੀਓ ਵਿੱਚ ਲਿਖਿਆ ਕਿ ਉਹ ਪੰਜਾਬ ਸਰਕਾਰ ਨੂੰ ਪਹਿਲਾਂ ਗਾਰੰਟੀ ਪੂਰੀ ਕਰਨ ਤੇ ਮੁਬਾਰਕਵਾਹ ਦਿੰਦੇ ਨੇ ਉਹਨਾਂ ਦਾ ਧੰਨਵਾਦ ਕਰਦੇ ਨੇ ਉਹਨਾਂ ਨੇ ਲਿਖਿਆ ਕਿ ਮੈਂ ਆਪ ਸਰਕਾਰ ਨੂੰ ਆਪਣਾ ਪਹਿਲਾ ਵਾਦਾ ਪੂਰਾ ਕਰਨ ਲਈ ਮੁਬਾਰਕਵਾਹ ਦਾ ਹਾਂ ਪੰਜਾਬ ਸਰਕਾਰ ਨੇ 300 ਜੁਨਟ ਬਿਜਲੀ ਹਰਮੀ ਨੇ ਮੁਫਤ ਦੇਣ ਦਾ ਜਦੋਂ ਵਾਦਾ ਕੀਤਾ ਸੀ ਉਸ ਨੂੰ ਪੂਰਾ ਕਰਕੇ ਦਿਖਾਇਆ ਹੈ ਤੇ ਪਰ ਦਰਸ਼ਕੋ ਇਸ ਨਾਲ ਸੰਬੰਧਿਤ ਸਭ ਤੋਂ ਵੱਡੀਆਂ ਤਰ੍ਹਾਂ ਦੀਆਂ ਖਬਰਾਂ ਜਿੱਕਰ ਜਾਣਕਾਰੀ ਚੰਗੀ ਲੱਗੀ ਬਕੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਵੀਡੀਓ ਲੱਗਦੀ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ